ਪੈਟਰੋਲ ਪੰਪ ਦੇ ਉੱਤੇ ਇੱਕ ਵਿਅਕਤੀ ਦੇ ਕੋਲੋਂ ਕਾਰ ਦੀ ਲੁੱਟ ਖੋ ਕੀਤੀ ਗਈ ਹੈ। ਗਨ ਪੁਆਇੰਟ ਦੇ ਉੱਤੇ ਇਹ ਕਾਰ ਦੀ ਲੁੱਟ ਖੋ ਕੀਤੀ ਗਈ ਹੈ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਫੈਦ ਰੰਗ ਦੀ ਕਾਰ ਖੜੀ ਨਜ਼ਰ ਆ ਰਹੀ ਹੈ ਤੇ ਠੀਕ ਇਸ ਦੇ ਪਿੱਛੋਂ ਕੁਝ ਨਕਾਬਪੋਸ਼ ਬਦਮਾਸ਼ ਇਸ ਦੇ ਵਿੱਚ ਨਜ਼ਰ ਆ ਰਹੇ ਨੇ। ਹਾਲਾਂਕਿ ਜਿਨ੍ਹਾਂ ਦੇ ਵਿੱਚੋਂ ਦੀ ਦੋ ਨੇ ਤਾਂ ਆਪਣੇ ਮੂੰਹ ਢੱਕੇ ਹੋਏ ਨੇ, ਜਦਕਿ ਤੀਸਰਾ ਜੋ ਹੈ ਬਦਮਾਸ਼ ਉਸਦੇ ਲੋਈ ਪਾਈ ਹੋਈ ਹੈ, ਉਹ ਵੀ ਇਸ ਦੇ ਵਿੱਚ ਨਜ਼ਰ ਆ ਰਿਹਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਲੁੱਟ ਖੋ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਹਿਲਾਂ ਤਾਂ ਕਾਰ ਚਾਲਕ ਨੂੰ ਗਨ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਕਾਰ ਚਾਲਕ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਲੁਟੇਰਿਆਂ ਦੇ ਨਾਲ ਭਿੜ ਜਾਂਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਲੁਟੇਰਾ, ਜੋ ਕਿ ਚੌਥਾ ਲੁਟੇਰਾ ਦੱਸਿਆ ਜਾ ਰਿਹਾ, ਉਹ ਕਾਰ ਦੇ ਵਿੱਚ ਪਿਛਲੀ ਸੀਟ 'ਤੇ ਜਾ ਕੇ ਬੈਠਦਾ ਅਤੇ ਜੋ ਕਾਰ ਚਾਲਕ ਹੈ ਉਸ ਨੂੰ ਗਨ ਦਿਖਾਈ ਜਾਂਦੀ ਹੈ। ਤਾਂ ਕਾਰ ਚਾਲਕ ਤੁਰੰਤ ਕਾਰ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਅਤੇ ਜੋ ਬਾਹਰ ਲੁਟੇਰੇ ਖੜ੍ਹੇ ਹੁੰਦੇ ਨੇ ਉਹਨਾਂ ਦੇ ਨਾਲ ਭਿੜ ਜਾਂਦਾ। ਹਾਲਾਂਕਿ ਕਿਹਾ ਜਾ ਰਿਹਾ ਕਿ ਲੁਟੇਰੇ ਕਾਰ ਖੋ ਕੇ ਇੱਥੋਂ ਲੈ ਗਏ ਨੇ। ਫਿਲਹਾਲ ਪੁਲਿਸ ਨੂੰ ਜਦੋਂ ਇਸਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰ ਨੂੰ ਬਰਾਮਦ ਕਰ ਲਿਆ, ਪਰ ਫਿਲਹਾਲ ਕਿਤੇ ਨਾ ਕਿਤੇ ਲੁਟੇਰੇ ਮੌਕੇ ਤੋਂ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਜਲੰਧਰ ਦੇ ਆਦਮਪੁਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਪੈਟਰੋਲ ਪੰਪ 'ਤੇ ਜਿੱਥੇ ਕਾਰ ਚਾਲਕ ਆਪਣੀ ਕਾਰ ਦੇ ਵਿੱਚ ਤੇਲ ਪਾਉਣ ਦੇ ਲਈ ਆਉਂਦਾ, ਉੱਥੇ ਕੁਝ ਲੁਟੇਰੇ ਆ ਜਾਂਦੇ ਨੇ ਅਤੇ ਗਨ ਪੁਆਇੰਟ ਦੇ ਉੱਤੇ ਉਸਦੀ ਕਾਰ ਨੂੰ ਖੋ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਕਾਰ ਚਾਲਕ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ, ਲੁਟੇਰਿਆਂ ਦੇ ਨਾਲ ਭਿੜ ਜਾਂਦਾ, ਪਰ ਲੁਟੇਰੇ ਚਾਰ ਹੋਣ ਦੇ ਕਾਰਨ ਕਾਰ ਚਾਲਕ ਅਕੇਲਾ ਪੈ ਜਾਂਦਾ ਅਤੇ ਲੁਟੇਰੇ ਉੱਥੋਂ ਕਾਰ ਖੋ ਕੇ ਫਰਾਰ ਹੋ ਗਏ ਨੇ। ਫਿਲਹਾਲ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਕਾਰ ਨੂੰ ਪੁਲਿਸ ਨੇ ਬਰਾਮਦ ਵੀ ਕਰ ਲਿਆ। ਪੈਟਰੋਲ ਪੰਪ ਦੇ ਉੱਤੇ ਇੱਕ ਵਿਅਕਤੀ ਦੇ ਕੋਲੋਂ ਕਾਰ ਦੀ ਲੁੱਟ ਖੋ ਕੀਤੀ ਗਈ ਹੈ। ਗਨ ਪੁਆਇੰਟ ਦੇ ਉੱਤੇ ਇਹ ਕਾਰ ਦੀ ਲੁੱਟ ਖੋ ਕੀਤੀ ਗਈ ਹੈ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਫੈਦ ਰੰਗ ਦੀ ਕਾਰ ਖੜ੍ਹੀ ਨਜ਼ਰ ਆ ਰਹੀ ਹੈ ਤੇ ਠੀਕ ਇਸ ਦੇ ਪਿੱਛੋਂ ਕੁਝ ਨਕਾਬਪੋਸ਼ ਬਦਮਾਸ਼ ਇਸ ਦੇ ਵਿੱਚ ਨਜ਼ਰ ਆ ਰਹੇ ਨੇ। ਹਾਲਾਂਕਿ ਜਿਨ੍ਹਾਂ ਦੇ ਵਿੱਚੋਂ ਦੀ ਦੋ ਨੇ ਤਾਂ ਆਪਣੇ ਮੂੰਹ ਢੱਕੇ ਹੋਏ ਨੇ, ਜਦਕਿ ਤੀਸਰਾ ਜੋ ਹੈ ਬਦਮਾਸ਼ ਉਸਦੇ ਲੋਈ ਪਾਈ ਹੋਈ ਹੈ, ਉਹ ਵੀ ਇਸ ਦੇ ਵਿੱਚ ਨਜ਼ਰ ਆ ਰਿਹਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਲੁੱਟ ਖੋ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਹਿਲਾਂ ਤਾਂ ਕਾਰ ਚਾਲਕ ਨੂੰ ਗਨ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਕਾਰ ਚਾਲਕ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਲੁਟੇਰਿਆਂ ਦੇ ਨਾਲ ਭਿੜ ਜਾਂਦਾ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਲੁਟੇਰਾ, ਜੋ ਕਿ ਚੌਥਾ ਲੁਟੇਰਾ ਦੱਸਿਆ ਜਾ ਰਿਹਾ, ਉਹ ਕਾਰ ਦੇ ਵਿੱਚ ਪਿਛਲੀ ਸੀਟ 'ਤੇ ਜਾ ਕੇ ਬੈਠਦਾ ਅਤੇ ਜੋ ਕਾਰ ਚਾਲਕ ਹੈ ਉਸ ਨੂੰ ਗਨ ਦਿਖਾਈ ਜਾਂਦੀ ਹੈ। ਤਾਂ ਕਾਰ ਚਾਲਕ ਤੁਰੰਤ ਕਾਰ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਅਤੇ ਜੋ ਬਾਹਰ ਲੁਟੇਰੇ ਖੜ੍ਹੇ ਹੁੰਦੇ ਨੇ ਉਹਨਾਂ ਦੇ ਨਾਲ ਭਿੜ ਜਾਂਦਾ। ਹਾਲਾਂਕਿ ਕਿਹਾ ਜਾ ਰਿਹਾ ਕਿ ਲੁਟੇਰੇ ਕਾਰ ਖੋ ਕੇ ਇੱਥੋਂ ਲੈ ਗਏ ਨੇ। ਫਿਲਹਾਲ ਪੁਲਿਸ ਨੂੰ ਜਦੋਂ ਇਸਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰ ਨੂੰ ਬਰਾਮਦ ਕਰ ਲਿਆ, ਪਰ ਫਿਲਹਾਲ ਕਿਤੇ ਨਾ ਕਿਤੇ ਲੁਟੇਰੇ ਮੌਕੇ ਤੋਂ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਜਲੰਧਰ ਦੇ ਆਦਮਪੁਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਪੈਟਰੋਲ ਪੰਪ 'ਤੇ ਜਿੱਥੇ ਕਾਰ ਚਾਲਕ ਆਪਣੀ ਕਾਰ ਦੇ ਵਿੱਚ ਤੇਲ ਪਾਉਣ ਦੇ ਲਈ ਆਉਂਦਾ, ਉੱਥੇ ਕੁਝ ਲੁਟੇਰੇ ਆ ਜਾਂਦੇ ਨੇ ਅਤੇ ਗਨ ਪੁਆਇੰਟ ਦੇ ਉੱਤੇ ਉਸਦੀ ਕਾਰ ਨੂੰ ਖੋ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਕਾਰ ਚਾਲਕ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ, ਲੁਟੇਰਿਆਂ ਦੇ ਨਾਲ ਭਿੜ ਜਾਂਦਾ, ਪਰ ਲੁਟੇਰੇ ਚਾਰ ਹੋਣ ਦੇ ਕਾਰਨ ਕਾਰ ਚਾਲਕ ਅਕੇਲਾ ਪੈ ਜਾਂਦਾ ਅਤੇ ਲੁਟੇਰੇ ਉੱਥੋਂ ਕਾਰ ਖੋ ਕੇ ਫਰਾਰ ਹੋ ਗਏ ਨੇ। ਫਿਲਹਾਲ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਕਾਰ ਨੂੰ ਪੁਲਿਸ ਨੇ ਬਰਾਮਦ ਵੀ ਕਰ ਲਿਆ।